ਗਿਆਨੀ ਜਗਤਾਰ ਸਿੰਘ ਜਾਚਕ ਦੀ ਪੁਸਤਕ ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਪੂਤ ਪਵਾਨ ਤੇ ਭਵਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੰਸਾਰ ਭਰ ਦੇ ਧਾਰਮਿਕ ਗ੍ਰੰਥਾਂ ਤੇ ਹੋਰ ਕਈ ਕਿਸਮਾਂ ਦਾ ਗਿਆਨ ਵੰਡਦੀਆਂ ਪੁਸਤਕਾਂ ਵਾਂਗ ਹੀ ਇੱਕ ਮੰਨ ਲੈਣਾ ਬਹੁਤ ਭਾਰੀ ਫੁੱਲ ਹੈ ਕਿਉਂਕਿ ਇਸ ਵਿੱਚ ਕਰਤਾਰ ਦੇ ਪ੍ਰੇਮ ਰੰਗ ਚ ਰੰਗਣ ਵਾਲੀ ਸਤ ਸਰੂਪ ਧੁਰ ਕੀ ਬਾਣੀ ਸ਼ੋਭਨੀਕ ਹੈ ਇਹ ਅੰਮ੍ਰਿਤ ਗੁਰਬਾਣੀ ਸੰਸਾਰ ਚ ਐਸਾ ਰੋਹਾਨੀ ਚਾਨਣ ਹੈ ਜਿਸ ਚ ਕਰਤਾਰ ਦੇ ਕੁਦਰਤੀ ਵਿਧਾਨ ਅਨੁਸਾਰ ਜਿਉਣ ਵਾਲਾ ਸੁਭਾਗਾ ਮਨੁੱਖ ਗੁਣਾਤਮਕ ਪੱਖੋਂ ਰੱਬ ਰੂਪ ਹੋ ਕੇ ਵਿਚਰਨ ਲੱਗਦਾ ਹੈ ਪ੍ਰਮਾਣਪੁਰਖ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਗੁਰਵਾਕ ਵਿੱਚ ਉਪਰੋਕਤ ਸੱਚ ਹੀ ਤਾਂ ਪ੍ਰਗਟ ਹੋ ਰਿਹਾ ਹੈ ਗੁਰਨਾਨਕ ਜੋਤ ਸਰੂਪ 10 ਗੁਰੂ ਸਹਿਬਾਨ ਇਸ ਹਕੀਕਤ ਦਾ ਪਰਤਖ ਪਰਮਾਨ ਹਨ ਇਹ ਕਾਰਨ ਸੀ ਕਿ ਜਦੋਂ ਆਤਮਕ ਅਨੰਦ ਦੀ ਭਾਲ ਚ ਭਟਕਦੇ ਹੋਏ ਪਟ ਜਨਾਨੇ ਗੁਰੂ ਸਹਿਬਾਨ ਦੇ ਸਫਲ ਦਰਸ਼ਨ ਕੀਤੇ ਤਾਂ ਉਹਨਾਂ ਨੇ ਚੌਥੇ ਗੁਰੂ ਪਾਤਸ਼ਾਹ ਨੂੰ ਪਰਤਖ ਦੇ ਪਾਰ ਬ੍ਰह्म ਸਵਾਮੀ ਤੇ ਗੁਰੂ ਪੰਚਮ ਪਾਸ਼ਾ ਨੂੰ ਗੁਰੂ ਅਰਜਨ ਪਰਤਖ ਹਰ ਕਹਿ ਕੇ ਵਧਾਇਆ ਸੇਸ਼ ਝੁਕਾਇਆ ਤੇ ਆਪਣੇ ਆਪ ਨੂੰ ਸਤਿਗੁਰਾਂ ਦੇ ਸਨਮੁਖ ਸਮਰਪਿਤ ਕਰ ਦਿੱਤਾ ਪਟ ਬਾਣੀ ਦੀਆਂ ਪ੍ਰਮਾਣਿਕ ਸੰਪੂਰਨ ਤੁਕਾਂ ਹਨ ਪਰ ਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਭੋਖਣ ਭਰਣ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਰ ਇਸੇ ਲਈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾ ਮੰਨ ਕਵੀ ਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਰੰਕਾਰ ਕਰਤਾਰ ਦੀ ਸ਼ਬਦੀ ਮੂਰਤ ਹੈ ਇਸ ਵਿੱਚ ਉਸ ਨਰੰਕਾਰ ਦੇ ਨਾਮਣੇ ਦਾ ਸੰਗੀਤਮਈ ਵਰਣਨ ਹੈ ਜੋ ਸਭ ਤੋਂ ਸ਼੍ਰੋਮਣੀ ਸਰਵ ਵਿਆਪਕ ਸਾਰਿਆਂ ਦਾ ਕਲਿਆਣ ਕਰਤਾ ਤੇ ਹਰ ਪੱਖੋਂ ਮੁਕੰਮਲ ਹੈ 베ਦ ਪੁਰਾਣ ਅਦਿਕ ਧਾਰਮਿਕ ਗ੍ਰੰਥ ਅਤੇ ਸ਼ੇਸ਼ਨਾਗ ਦੇ ਸ਼ਾਰਦਾ ਵਰਗੇ ਪੌਰਾਣਿਕ ਦੇਵੀ ਦੇਵਤੇ ਜਿਸ ਦੇ ਗੁਣਾਂ ਦਾ ਗਾਇਣ ਕਰਦੇ ਹੋਏ ਕਿਸੇ ਪੱਖੋਂ ਵੀ ਸੰਪੂਰਨ ਮਹੱਤਵ ਪ੍ਰਗਟ ਨਹੀਂ ਕਰ ਸਕੇ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਵੀ ਸਾਰੇ ਮੰਨਦੇ ਹਨ ਕਿ ਨਾਮ ਤੇ ਨਾਮੀ ਤੇ ਹੁਕਮ ਤੇ ਹੁਕਮੀ ਆਪਸ ਵਿੱਚ ਅਪੇਧ ਹੁੰਦੇ ਹਨ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਦਬ ਸਹਿਤ ਨਮਸਕਾਰ ਕਰਨੀ ਕਿਸੇ ਗ੍ਰੰਥਕ ਜਾਂ ਵਿਅਕਤੀਗਤਕਾਰ ਅੱਗੇ ਝੁਕਣਾ ਨਹੀਂ ਸਗੋਏ ਤਾਂ ਸਰਵ ਵਿਆਪੀ ਗੁਣ ਨਿਧਾਨ ਕਾਲਪੁਰਖ ਅਗੇ ਨਿਵਣ ਤੁਲੇ ਸਤਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਗੁਰਵਾਕ ਦੇ ਚਾਨਣ ਵਿੱਚ ਪੂਰਨ ਪ੍ਰਤੀਤ ਭਿੱਜੀ ਉਪਰੋਕਤ ਮਹਿਮਾ ਦਾ ਪ੍ਰਗਟਾਵਾ ਕਵੀ ਜੀ ਨੇ ਇਹ ਲਿਖੇ ਸੁੰਦਰ ਸੋਈਏ ਰੰਗੀਤ ਹੈ ਵੇਦ ਪੁਰਾਨ ਮਹਾਨ ਮਹਾਤਮ ਜੈ ਬਖਾਨ ਕਰੈ ਸੁਮਦਾਏ ਅੰਤ ਨ ਪਾਵਤ ਸੇਸ਼ਨ ਅਸ਼ਾਰਦ ਨੀਤ ਹੀ ਨੀਤ ਅਸ਼ੇਸ਼ ਬਤਾਏ ਜੋ ਸਰਬੋਤਮ ਜੋ ਸਰਬਾਸ਼੍ਰਿਯ ਤਾਹੀ ਕੇ ਨਾਮ ਇਸੀ ਮਹੰਗਾਈ ਨਾਮ ਸੁਨਾਮੀ ਕੋ ਭੇਦ ਨਹੀਂ ਇਹ ਮੂਰਤ ਸ੍ਰੀ ਕਰਤਾਰ ਸੁਹਾਏ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਗੁਰਬਾਣੀ ਪਰਮਾਣਿਕ ਵਿਆਖਿਆਕਾਰ ਭਾਈ ਸੱਭ ਭਾਈ ਸਾਹਿਬ ਹਰਪਜਨ ਸਿੰਘ ਜੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਲੰਮਾ ਸਮਾਂ ਪ੍ਰਿੰਸੀਪਲ ਰਹੇ ਵਿਦਿਆਰਥੀ ਕਾਲ ਕੰਨੀ ਸੁਣਿਆ ਉਹਨਾਂ ਦਾ ਇਹ ਅਮੋਲਕ ਕਥਨ ਮੇਰੇ ਦਿਲ ਦਿਮਾਗ ਅੰਦਰ ਸਦਾ ਹੀ ਊਂ ਗੂੰਜਦਾ ਰਹਿੰਦਾ ਹੈ ਅਸੀਂ ਸਿੱਖ ਤਾਂ ਸ੍ਰੀ ਗੁਰੂ ਰੰਧ ਸਾਹਿਬ ਨੂੰ ਗੁਰੂ ਮੰਨ ਕੇ ਪੂਜਦੇ ਤੇ ਉਹਨਾਂ ਅੱਗੇ ਨਮਸਕਾਰ ਕਰਦੇ ਹੋਏ ਆਪਣੀ ਸ਼ਰਧਾ ਤੇ ਸਨੇਹ ਅਰਪਣ ਕਰਦੇ ਹਾਂ ਪਰ ਮਹੱਤਵਪੂਰਨ ਬਾਤ ਇਹ ਹੈ ਕਿ ਜੋ ਲੋਕ ਗੁਰੂ ਨਹੀਂ ਮੰਨਦੇ ਸਾਹਿਤਿਕ ਦ੍ਰਿਸ਼ਟੀ ਕੋਣ ਤੋਂ ਵੀ ਇਸ ਸੰਦਰ ਲਈ ਸਰਬਕਾਲੀ ਸ਼ਰਮ ਦੇਸ਼ੀ ਸਰਬਸਾਂਝੀ ਵਿਚਾਰਤਾ ਰਾਤੇ ਭਾਸ਼ਾਈ ਸਾਂਝ ਅੱਗੇ ਸਿਰ ਝੁਕਾਉਣ ਲਈ ਮਜਬੂਰ ਹੋ ਜਾਂਦੇ ਹੈ ਇਹਦੀ ਸੰਗੀਤਕ ਕਲਾ ਦੀ ਵਿਲੱਖਣਤਾ ਸੰਪਾਦਨ ਕਲਾ ਦੀ ਸਾਹਿਤਿਕ ਖੂਬਸੂਰਤੀ ਤੇ ਇਹ ਦੇ ਕੁਦਰਤੀ ਵਰਣਨ ਦੀਆਂ ਚਿੱਤਰਕਾਰੀਆਂ ਵੇਖ ਕੇ ਵਿਸਮਾਦਤ ਹੁੰਦੇ ਤੇ ਆਨੰਦ ਮਾਣਦੇ ਹਨ ਕਾਰਨ ਇਹ ਇਸ ਵਿੱਚ 12ਵੀਂ ਸਦੀ ਦੇ ਮਹਾਨ ਦਰवेश ਬਾਬਾ ਸ਼ੇਖ ਫਰੀਦ ਜੀ ਤੋਂ ਲੈ ਕੇ 17ਵੀਂ ਸਦੀ ਚ ਰਾਜਨੀਤਿਕ ਧੱਕੇ ਵਿਰੁੱਧ ਸ਼ਹੀਦੀ ਸਾਾਕਾ ਵਰਤੌਣ ਵਾਲੇ ਨੌਵੇਂ ਪਾਸ਼ਾ ਸਿਰ ਗੁਰ ਤੇਗ ਬਹਾਦਰ ਸਾਹਿਬ ਜੀ ਤੱਕ ਦੇ 6 ਗੁਰੂ ਸਾਹਿਬਾਨ ਦੀ ਅੰਮ੍ਰਿਤ ਬਾਣੀ ਇਸ ਚ ਸ਼ੋਭਨੀਕ ਹੈ ਹੋਰ ਵਿਸ਼ੇਸ਼ਤਾ ਇਹ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਪਾਈਚਾਰਿਆਂ ਤੇ ਵੱਖ-ਵੱਖ ਪ੍ਰਾਂਤਾਂ ਨਾਲ ਸਬੰਧਤ 15 ਭਗਤਾਂ, 11 ਗੁਰਸਿੱਖ ਬਣੇ, ਬ੍ਰਾਹਮਣ ਪੱਟ ਜਨਾਂ ਤੇ ਗੁਰੂ ਦ੍ਰਿਸ਼ਟੀ ਵਿੱਚ ਪ੍ਰਵਾਨ ਚੜੇ ਭਾਈ ਸੱਤਾ ਤੇ ਬਲਵੰਡ ਨਾਂ ਦੇ ਦੋ ਰਬਾਬੀ ਕੀਰਤਨੀਆਂ ਤੇ ਇੱਕ ਹੋਰ ਗੁਰਸਿੱਖ ਬਾਬਾ ਸੁੰਦਰਜੀ ਸਮੇਤ 29 ਮਹਾਂਪੁਰਖਾਂ ਦੀ ਬਾਣੀ ਨੂੰ ਵੀ ਇਸ ਵਿੱਚ ਗੁਰੂ ਸਾਹਿਬਾਨ ਦੇ ਬਰਾਬਰ ਦਾ ਸਨਮਾਨ ਹਾਸਲ ਹੈ। ਇਸ ਪ੍ਰਕਾਰ ਰਬ ਰੂਪ ਹੋਏ ਕੁੱਲ 35 ਮਹਾਪੁਰਖਾਂ ਦੇ ਸ਼ਬਦ ਰੂਪ ਅਮੋਲਕ ਰਤਨ ਹਨ ਜਿਨ੍ਹਾਂ ਨੂੰ 31 ਮੁਖ ਰਗਾਂ ਵਿੱਚ ਤੇ 12-12 ਮਾਂ ਘੋੜੀਆਂ ਛੰਤ ਤੇ ਲਾਹਣੀਆਂ ਵਰਗੀਆਂ 23 ਲੋਕ ਗੀਤਾਂ ਦੀਆਂ ਰੀਤਾਂ ਦੀ ਰੇਸ਼ਮੀ ਸੰਗੀਤ ਗੁੱਥਲੀ ਚਲਪੇਟਿਆ ਹੋਇਆ ਹੈ ਯਾਦ ਰੱਖਣ ਦੀ ਲੋੜ ਹੈ ਕਿ ਉਪਰੋਕਤ ਲੜੀ 'ਚ 12 ਦੀਆਂ ਵਖ-ਵਖ 21 ਧੁਨੀਆਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਇੱਕੋ ਕਾਬ ਰੂਪ ਵਾਰ ਵਿੱਚ ਹੀ ਗਿਣਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਭਾਵੇਂ ਗੁਰਮੁਖੀ ਹੈ ਪਰ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਉਸ ਨੀਕ ਗੁਰੂ ਸਾਹਿਬਾਨ ਨੇ ਮਾਨਵਿਕਤਾ ਤੇ ਭਾਈਚਾਰਕ ਸਾਂਝ ਦੇ ਮੁੱਦਈ ਹੋਣ ਨਾਤੇ ਪੰਜਾਬੀ ਭਾਸ਼ਾ ਦੀ ਉਹ ਬਣਗੀ ਵਰਤੀ ਜਿਹੜੀ ਉਸ ਵੇਲੇ ਸਮੁੱਚੇ ਭਾਰਤੀ ਮਹਾਦੀਪ 'ਚ ਬੋਲੀ ਤੇ ਸਮਝੀ ਜਾਂਦੀ ਸੀ ਇਹ ਪ੍ਰਮੁੱਖ ਤੌਰ ਤੇ ਸਾਧ ਭਾਸ਼ਾ ਸਾਧ ਭਖ ਆ ਜਾਂ ਸਿੱਧੂ ਕੜੀ ਦੇ ਨਾਂ ਤੋਂ ਜਾਣੀ ਜਾਂਦੀ ਸੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਦਾ ਮੰਨਣਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੇ ਜੁਗਤ ਘਾ ਟੋਪ ਗੁਰਮੁਖੀ ਬੋਲੀ ਇਸੇ ਭਾਸ਼ਾ ਨੂੰ ਕਿਹਾ ਹੈ ਇਸ ਵਿੱਚ ਪੰਜਾਬੀ ਦੀਆਂ ਸੱਤ ਉਪ ਭਾਸ਼ਾਵਾਂ ਤੋਂ ਇਲਾਵਾ ਬ੍ਰਿਜ ਭਾਸ਼ਾ ਪ੍ਰਾਕ੍ਰਿਤ ਅਪਪਰਾਂਚ ਸੱਭਿਅਤਾ ਗਾਥਾ ਪਟ ਬੋਲੀ ਤੇ ਰੇਖਤਾ ਦਾ ਮਿਸ਼ਰਣ ਹੈ ਵੈਸੇ ਭਗਤ ਬਾਣੀ ਚ ਕਈ ਹੋਰ ਬੋਲੀਆਂ ਦੇ ਵੀ ਅਨੇਕਾਂ ਲਫ਼ਜ਼ ਮਿਲਦੇ ਹਨ ਜਿਵੇਂ ਮਾਰਵਾੜੀ ਮਰਾਠੀ ਤੇ ਗੁਜਰਾਤੀ ਤੇ ਬੰਗਾਲਾ ਇਸੇ ਲਈ ਪੰਜਾਬੀ ਯੂਨੀਵਰਸਿਟੀ ਦੇ ਰਤਨ ਪ੍ਰੋਫੈਸਰ ਪਿਆਰਾ ਸਿੰਘ ਪਦਮਹੋਰਾ ਨੇ ਕਿਸੇ ਵੇਲੇ ਧਰਮ ਗ੍ਰੰਥਾਂ ਦੀ ਚਰਚਾ ਕਰਦਿਆਂ ਭਾਰਤੀ ਹਾਕਮਾਂ ਨੂੰ ਸਲਾਹ ਦਿੱਤੀ ਸੀ ਕਿ ਜਿੱਥੋਂ ਤੀਕੇ ਦੇ ਅੰਤਰੀਵ ਵਿਸ਼ਵਾਰਥੀ ਤੇ ਵਿਗਿਆਨਕ ਯੂਨੀਵਰਸਲ ਐਂਡ ਰੈਸ਼ਨਲ ਰੋਹਾਨੀ ਸੰਦੇਸ਼ ਦਾ ਸਬੰਧ ਹੈ ਇਹਨੂੰ ਸੰਸਾਰ ਮਾਤਰ ਦਾ ਕਲਿਆਣਕਾਰੀ ਤੇ ਪੂਜਨੀਕ ਗ੍ਰੰਥ ਵੀ ਆਖਿਆ ਜਾ ਸਕਦਾ ਹੈ ਪਰ ਜਿੱਥੋਂ ਤੱਕ ਇਹਦੇ ਬਾਹਰੀ ਰੂਪ ਪਾਸ਼ਾ ਤੇ ਸ਼ੈਲੀ ਦਾ ਸਬੰਧ ਹੈ ਇਸ ਪੱਖ ਤੋਂ ਅਸੀਂ ਇਹਨੂੰ ਧਰਮ ਨਿਰਪੇਖ ਨਵੇਂ ਭਾਰਤ ਦਾ ਨਵਾਂ ਧਰਮ ਗ੍ਰੰਥ ਸਹਿਜੇ ਮੰਨ ਸਕਦੇ ਹਾਂ ਜਿਸ ਵਿੱਚ ਬਿਨਾਂ ਕਿਸੇ ਸਮਾਜਿਕ ਜਾਂ ਮਜ਼ਹਬੀ ਵਿਤਕਰੇ ਜਾਂ ਫਿਰ ਇਲਾਕਾਈ ਭਿੰਨ ਭੇਦ ਸਾਰੇ ਦੇ ਸਾਰੇ ਹਿੰਦੁਸਤਾਨ ਦੀ ਅਧਿਆਤਮਕ ਆਤਮਾ ਗੂੰਜ ਉੱਠੀ ਹੈ ਪਰ ਦੁੱਖ ਦੀ ਗੱਲ ਹੈ ਇਹ ਜੋਖੇਦਾਰ ਦੀ ਭਾਰਤੀ ਹਕੂਮਤ ਇਸ ਪੱਖ ਨੂੰ ਅਣਗੌਲੀਆਂ ਕਰਕੇ ਸੰਸਕ੍ਰਿਤਿਕ ਅਜਈ ਪੁਸਤਕ ਨੂੰ ਰਾਸ਼ਟਰੀ ਗ੍ਰੰਥ ਘੋਸ਼ਿਤ ਕਰਨ ਲਈ ਯਤਨਸ਼ੀਲ ਹੈ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸੂਤਰ ਧਾਰਕ ਦੇ ਵੀ ਨਹੀਂ ਬਣ ਸਕਦੀ ਭੂਮਿਕਾ ਰੂਪ ਚ ਰਬ ਰੂਪ ਬਾਣੀਕਾਰਾਂ ਭਾਸ਼ਾਵਾਂ ਤੇ ਲੋਕ ਗੀਤਾਂ ਦੀਆਂ ਧੁਨੀਆਂ ਆਦਿਕ ਦਾ ਉਪਰੋਕਤ ਵੇਰਵਾ ਦੇਣ ਤੋਂ ਮੇਰਾ ਇੱਕ ਹੀ ਮਨੋਰਥ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਸਧਾਰਨ ਪੁਸਤਕ ਨਹੀਂ ਇਸ ਲਈ ਸੱਚ ਕੀ ਬਾਣੀ ਕਾਵ ਰੂਪ ਹੈ ਵਾਰਤਕ ਨਹੀਂ ਇਸ ਲਈ ਅਜਈ ਰੋਹਾਨੀ ਰਚਨਾ ਨੂੰ ਪੜਨ ਸੁਣਨ ਗਾਉਣ ਤੇ ਸਮਝਨ ਸਮਝਾਉਣ ਲਈ ਹਰੇਕ ਵਿਅਕਤੀ ਨੂੰ ਥੋੜਾ ਬਹੁਤਾ ਪਾਠ ਸ਼ਾਇੀ ਵਿਆਕਰਨਕ ਤੇ ਸੰਗੀਤਕ ਗਿਆਨ ਹੋਣਾ ਲਾਜ਼ਮੀ ਹੈ ਵਿਚਾਰਾधीन ਲੇਖ ਦਾ ਮੁੱਖ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਾ ਭੂਤ ਭਵਾਨ ਤੇ ਭਵਿਕ ਇੱਕ ਸਾਹਿਤਿਕ ਤੇ ਇਤਿਹਾਸਿਕ ਦ੍ਰਿਸ਼ਟੀਕੋਣ ਭਾਵ ਗੁਰੂ ਕਾਲ ਤੋਂ ਗੁਰਬਾਣੀ ਦੇ ਪਾਠ ਦੀ ਸੰਥਿਆ ਕਰਾਉਣ ਤੇ ਅਰਥ ਭਾਵ ਸਮਝਾਉਣ ਲਈ ਟੀਕਾਕਾਰੀ ਤੇ ਵਿਆਖਿਆਕਾਰੀ ਦੇ ਖੇਤਰ ਚ ਜੋ ਮੌਖਿਕ ਜਾਂ ਲਿਖਤੀ ਕੰਮ ਹੋਇਆ ਉੱਤੇ ਆਧਾਰਿਤ ਸੰਥਿਆ ਦੇ ਉਜਲੇ ਭੇਖ ਦੀ ਵਿਉਂਤਬੰਦੀ ਬਾਰੇ ਵਿਚਾਰਾਂ ਦੀ ਸਾਂਝ ਪਾਣੀ ਪੰਥੀਤਕਾਰੀ ਵਿਦਵਾਨਾਂ ਦਾ ਮਤ ਹੈ ਕਿ ਸੰਥਿਆ ਦੇ ਉਜਲੇ ਭੇਖ ਵਿੱਚ ਹੀ ਛੁਪਿਆ ਹੋਇਆ ਸਿੱਖੀ ਦਾ ਉਜਲੇ ਭੇਖ ਦਾ ਰਾਜ਼ ਜਿਸ ਲਈ ਹਰੇਕ ਗੁਰਸਿੱਖ ਵਾਸਤੇ ਅਤਿਅੰਤ ਲੋੜੀਂਦਾ ਹੈ ਕਿ ਆਪ ਗੁਰਬਾਣੀ ਦਾ ਸਰਪੱਖੀ ਬੋਧ ਪ੍ਰਾਪਤ ਕਰੇ ਹੋਰ ਨਾਨੂ ਜੇ ਆ ਗੁਰਮਤੀ ਬੋਧ ਕਰਵਾਉਣ ਲਈ ਸਦਾ ਯਤਨਸ਼ੀਲ ਰਹੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਗੁਰਵਾਕ ਰਹੇ ਸਤਗੁਰੂ ਜੀ ਨੇ ਸਾਨੂੰ ਉਪਰੋਕਤ ਜ਼ਿੰਮੇਵਾਰੀ ਦਾ ਅਹਿਸਾਸ ਹੀ ਕਰਵਾਇਆ ਹੈ ਇਤਿਹਾਸ ਗਵਾ ਕੇ ਗੁਰੂ ਕਾਲ ਤੋਂ ਖਾਲਸਾ ਰਾਜ ਤੱਕ ਭਾਵੇਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਰਹੀ ਪਰ ਸਿੱਖ ਮਿਸਲਾਂ ਵੇਲੇ ਤਿਆਰ ਹੋਏ ਗਿਆਨੀਆਂ ਦੇ ਬੁੰਗੇ ਦਾ ਮੁੱਖ ਮੰਤਵ ਹੀ ਇਹ ਸੀ ਸੰਥਿਆ ਲਫ਼ਜ਼ ਸੰਸਕ੍ਰਿਤ ਮੂਲਿਕ ਸੰਗਿਆ ਸੰਥਾ ਦਾ ਪੰਜਾਬੀ ਰੂਪ ਹੈ ਅਰਬੀ ਦਾ ਲਫ਼ਜ਼ ਸਬਕ ਵੀ ਲਗਭਗ ਸੰਥਿਆ ਦੇ ਅਰਥ ਰੱਖਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਕਰਾਉਣ ਕਰਾਂ ਚ ਸਰਦਾਲੂਆਂ ਦੇ ਪਾਠ ਕਰਨ ਲਈ ਤਿਆਰ ਕੀਤੀਆਂ ਪਦਛੇਦ ਪੋਥੀਆਂ ਨੂੰ ਸੰਥਾ ਸੈਂਚੀਆਂ ਦਾ ਨਾਮ ਦਿੱਤਾ ਗਿਆ ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਆਪਣੇ ਗੁਰਬਾਣੀ ਟਿੱਕੇ ਦਾ ਨਾਮ ਲਈ ਵੀ ਸੰਥਿਆ ਸ਼ਬਦ ਦੀ ਹੀ ਵਰਤੋਂ ਕੀਤੀ ਹੈ ਜਿਵੇਂ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਪੱਖ ਬੜਾ ਮਹੱਤਵਪੂਰਨ ਤੇ ਵਿਚਾਰਨ ਯੋਗ ਹੈ ਭਾਈਕਾਨ ਸਿੰਘ ਜੀ ਨਾਬਾ ਦੇ ਰਚਿਤ ਮਹਾਨ ਕੋਸ਼ ਚ ਸੰਥਾ ਅਤੇ ਸੰਥਿਆ ਪਦ ਦੇ ਅਰਥ ਹਨ ਚੰਗੀ ਤਰ੍ਹਾਂ ਠਹਿਰਨ ਦਾ ਭਾਵ ਟਿਕਾਉ ਇਸ ਸਥਿਤੀ ਮਨ ਇੰਦਰੀਆਂ ਨੂੰ ਟਿਕਾ ਕੇ ਵਿਦਿਆ ਗ੍ਰਹਿਣ ਦੀ ਕਿਰਿਆ ਮਰਨਾ ਭਾਵ ਅਧਿਆਤਮਿਕ ਪਾਸੋਂ ਸੰਥਿਆ ਲੈਣ ਵਾਲੇ ਵਿਦਿਆਰਥੀ ਦੇ ਮਨ ਦਾ ਟਿਕਾਉ ਐਸਾ ਹੋਵੇ ਜਿਵੇਂ ਕਿਸੇ ਮ੍ਰਿਤਕ ਪ੍ਰਾਣੀ ਦਾ ਸਰੀਰ ਹਰ ਕਿਸਮ ਦੀ ਹਰਕਤ ਤੋਂ ਰਹਿਤ ਹੁੰਦਾ ਹੈ ਗੁਰਬਾਣੀ ਦੇ ਮੁੱਢਲੇ ਤੇ ਪ੍ਰਮਾਣਿਕ ਵਿਆਖਿਆਕਰ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਬਚਨਾਂ ਤੋਂ ਵੀ ਕੁਝ ਐਸੀ ਪ੍ਰੇਰਣਾ ਮਿਲਦੀ ਹੈ ਮੁਰਦਾ ਹੋਏ ਮੁਰੇਦ ਨਗਰਲੀ ਹੋਵਣਾ ਧੰਵਾਦ ਚਲਦਾ